ਮੇਰਾ ਨਾਮ ਸਤਨਾਮ ਸਿੰਘ ਹੈ ਜੀ। ਮੇਰਾ ਪਿੰਡ ਰਟੋਲਾ ਜੀ, ਥਾਣਾ ਛਾਜਲੀ ਤੋਂ ਜੀ। ਮੇਰੀ ਬੇਟੀ 25 ਨਵੰਬਰ ਨੂੰ ਟਿਊਸ਼ਨ ਤੋਂ ਪੜ੍ਹ ਕੇ ਸੁਨਾਮ ਬੱਸ ਸਟੈਂਡ 'ਤੇ ਜਾ ਰਹੀ ਸੀ। ਦੋ ਲੜਕੇ ਆਏ ਪਿੱਛੋਂ ਦੇ, ਉਹਨਾਂ ਨੇ ਮੋਬਾਈਲ ਖੋ ਕੇ ਮਤਲਬ ਕਿ ਉਹ ਚਲੇ ਗਏ ਸੀ। ਉੱਥੋਂ ਭੱਜ ਨਿਕਲੇ ਅਸੀਂ, ਬਾਅਦ ਦੇ ਵਿੱਚ ਸੁਨਾਮ ਸਿਟੀ ਦੇ ਵਿੱਚ ਅਸੀਂ ਪੁਲਿਸ ਕੰਪਲੇਂਟ ਦਿਖਾਈ। ਉਸ ਤੋਂ ਬਾਅਦ ਸਾਈਬਰ ਕ੍ਰਾਈਮ ਦਾ ਅਸੀਂ ਧੰਨਵਾਦ ਕਰਦੇ ਜਿਹਨਾਂ ਨੇ ਸਾਨੂੰ ਮੋਬਾਈਲ ਵਾਪਸ ਕਰ ਦਿੱਤਾ। ਕਿਵੇਂ ਦੇਖਦੇ ਹੋ ਪੰਜਾਬ ਪੁਲਿਸ ਦੀ, ਜਿਵੇਂ ਸਾਰੀ ਚਰਚਾ 'ਚ ਰਹਿੰਦੇ ਸੀ ਵੀ ਭਾਈ ਇਹ ਕੁਛ ਕਰ ਨਹੀਂ ਸਕਦੇ, ਪਰ ਤੁਸੀਂ ਦੇਖਦੇ ਹੋ ਵੀ ਗੁੜੀਆ ਦਾ ਮੋਬਾਈਲ ਵੀ ਇਹਨਾਂ ਨੇ? ਨਹੀਂ, ਇਸ ਟਾਈਮ ਪੰਜਾਬ ਪੁਲਿਸ ਬਹੁਤ ਮਤਲਬ ਉੱਚੇ ਪੱਧਰ 'ਤੇ ਵਧੀਆ ਕੰਮ ਕਰ ਰਹੀ ਹੈ। ਸਾਨੂੰ ਮਤਲਬ ਕਿ ਉਹਨਾਂ ਦਾ ਪੂਰਾ ਵਿਸ਼ਵਾਸ ਸੀਗਾ ਜਿਨ੍ਹਾਂ ਨੇ ਸਾਡਾ ਮੋਬਾਈਲ ਵਾਪਸ ਕੀਤਾ। ਕੀ ਨਾਮ ਹੈ ਜੀ? ਗੁਰਤੇਜ ਸਿੰਘ ਹੈ ਜੀ। ਗੁਰਤੇਜ ਜੀ, ਅੱਜ ਮੋਬਾਈਲ ਤੁਹਾਡੇ ਮਿਲੇ ਨੇ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ, ਅੱਜ ਤੁਹਾਨੂੰ ਜਿਹੜੇ ਵੀ ਹੋਏ ਸੀ, ਜਿਹੜੇ ਵੀ ਸਨੈਕਚਿੰਗ ਹੋਏ ਸੀ, ਕੀ ਕਹੋਗੇ ਫਿਰ? ਇਹ ਤਾਂ ਜੀ ਵੀ ਵੈਸੇ ਅੱਜ ਤੱਕ ਤਾਂ ਅਸੀਂ ਸੋਚਿਆ ਨਹੀਂ ਕਿ ਮੋਬਾਈਲ ਮਿਲ ਜੂ। ਇਹ ਤਾਂ ਬਹੁਤ ਵੱਡੀ ਇੱਕ ਮਤਲਬ ਕਿ ਸਰਪ੍ਰਾਈਜ਼ ਹੀ ਹੈ ਇੱਕ ਸਾਨੂੰ ਵੀ, ਜਿਹੜਾ ਕਿ ਸਾਨੂੰ ਫੋਨ ਆਇਆ ਇੱਥੋਂ ਮਹਿਕਮੇ ਵੱਲੋਂ ਕਿ ਐਂ ਕਰਕੇ ਤੁਹਾਡਾ ਫੋਨ ਮਿਲ ਗਿਆ। ਅਤੇ ਬਾਕੀ ਪੁਲਿਸ ਦੀ ਬਹੁਤ ਤਕੜੀ ਉਹ ਹੈ, ਜ਼ਿੰਮੇਵਾਰੀ ਹੈ ਜਿਹੜੀ ਇਹਨਾਂ ਨੇ ਨਿਭਾਈ ਹੈਗੀ, ਜਿਹੜੇ ਇੰਨਾ ਮਤਲਬ ਕਿ 7-8 ਮਹੀਨਿਆਂ ਦਾ ਗੁੰਮ ਸੀਗਾ ਪਿਛਲੇ ਸਾਲ ਨਵੰਬਰ ਦਾ ਗੁੰਮ ਸੀਗਾ ਜੀ, ਅਤੇ ਵੀ ਹੁਣ ਜਿਹੜਾ ਇੰਨੇ ਚਿਰ ਬਾਅਦ ਫੋਨ ਮਿਲ ਗਿਆ ਸਾਡਾ, ਸਾਨੂੰ ਸਾਨੂੰ ਖੁਸ਼ੀ ਹੋ ਰਹੀ ਹੈ ਜੀ ਕਿ ਸਾਡੀ ਪੁਲਿਸ ਅੱਛਾ ਕੰਮ ਕਰ ਰਹੀ ਹੈ, ਤਾਂ ਜੋ ਕਿ ਪਹਿਲੀ ਵਾਰ ਹੋਇਆ ਜੀ ਵੀ ਕਿ ਅਸੀਂ ਫੋਨ ਗੁੰਮਿਆ ਜਿਹੜਾ ਸਾਨੂੰ ਮਿਲ ਰਿਹਾ ਆ। ਇਹ ਤਾਂ ਸੋਚਿਆ ਨਹੀਂ ਸੀ ਵੀ ਸਾਡਾ ਫੋਨ ਵਾਪਸ ਆ ਜਾਏਗਾ। ਨਹੀਂ ਕਦੇ ਫੋਨ ਕਦੇ ਇੱਕ ਵਾਰੀ ਗਵਾਚ ਜਾਣ ਮੁੜ ਕੇ ਕਦੇ ਮਿਲਦੇ? ਪਹਿਲਾਂ ਜੀ ਮੈਂ ਆਰਮੀ ਦੀ ਵੀ ਸਰਵਿਸ ਕਰਦਾ ਜੀ, ਸਾਡਾ ਝਾਰਖੰਡ ਦੇ ਵਿੱਚ ਵੀ ਗੁੰਮ ਹੋਏ ਨੇ ਇੱਕ ਦੋ ਵਾਰ, ਹੁਣ ਹੋਰ ਵੀ ਅਦਰ ਸਟੇਟ 'ਚ ਗੁੰਮੇ, ਪਰ ਉਹ ਮਿਲੇ ਨਹੀਂ ਹੈਗੇ। ਸਾਡੇ ਕੋਲ FIR ਸੰਭਾਲ ਕੇ ਰੱਖੀ ਹੈ, ਪਰ ਆਪਣੀ ਪੰਜਾਬ ਪੁਲਿਸ ਦਾ ਪਹਿਲੀ ਮਤਲਬ ਕਿ ਉਹ ਹੈ ਜਿਹੜਾ ਸਾਨੂੰ ਫੋਨ ਮਿਲਿਆ। ਸਿੰਘ ਹੁੰਦਾ ਹੈ, ਕੋਈ ਲੋਸਟ ਮੋਬਾਈਲ ਹੁੰਦਾ ਹੈ, ਅਤੇ ਲੋਕ ਸਾਡੇ ਕੋਲ ਆ ਕੇ ਮਿਸਿੰਗ ਰਿਪੋਰਟ ਦਿੰਦੇ, ਸਾਂਝ ਕੇਂਦਰ ਵਿੱਚ ਐਪਲੀਕੇਸ਼ਨ ਦਿੰਦੇ ਆ। ਉਸ ਦੇ ਤਹਿਤ ਅਸੀਂ ਇੱਕ CEIR ਪੋਰਟਲ ਹੈ, ਮੈਂ ਫਿਰ ਤੋਂ ਦੁਹਰਾ ਦਿੰਦਾ, CEIR ਪੋਰਟਲ, ਇਹ ਔਨਲਾਈਨ ਪੋਰਟਲ ਹੈ ਜਿੱਥੇ ਤੁਸੀਂ ਆਪਣੇ ਮਿਸਿੰਗ ਮੋਬਾਈਲ ਦੀ ਡਿਟੇਲ ਦੇ ਸਕਦੇ ਹੋ। ਉਸ ਨਾਲ ਸਾਨੂੰ ਇਸ ਮੋਬਾਈਲ ਨੂੰ ਟਰੇਸ ਕਰਨ 'ਚ ਬਹੁਤ ਮਦਦ ਮਿਲਦੀ ਹੈ। ਨਾਲੇ ਅਗਰ ਇਹ ਕਿਤੇ ਮਿਸਪਲੇਸ ਹੋਇਆ ਹੈ ਜਾਂ ਫਿਰ ਕਿਸੇ ਨੇ ਇਹ ਲਿਆ ਹੈ, ਤਾਂ ਇਹ ਉਸ ਦੇ ਕੰਮ ਦਾ ਨਹੀਂ ਰਹਿੰਦਾ ਮੋਬਾਈਲ ਫੋਨ। ਇਸ ਲਈ ਇਸ ਪੋਰਟਲ ਦੀ ਵਰਤੋਂ ਕਰਦੇ ਹੋਏ ਅਗਰ ਆਮ ਜਨਤਾ ਵੀ ਕਰਨ ਤਾਂ ਬੜੀ ਉਹਨਾਂ ਦੀ ਮਦਦ ਹੋਊਗੀ। ਸੰਗਰੂਰ ਪੁਲਿਸ ਦੀ ਜੋ ਟੀਮ ਹੈ, SP PBI ਨਵਰੀਤ ਵਿਰਕ ਜੀ, ਸਾਡੇ DSP ਹੋਮਿਸਾਈਡ ਐਂਡ ਫੋਰੈਂਸਿਕ ਸਰਦਾਰ ਗੁਰਪ੍ਰੀਤ ਸਿੰਘ, ਸਾਡੇ SHO ਸਾਈਬਰ ਕ੍ਰਾਈਮ ਮੈਡਮ ਹਰਜੀਤ, ਇਹਨਾਂ ਸਭ ਨੇ ਮਿਲ ਕੇ ਬੜੇ ਹੀ ਸੁਚਾਰੂ ਢੰਗ ਦੇ ਨਾਲ ਇਹ 50 ਮੋਬਾਈਲ ਫੋਨ ਟਰੇਸ ਕੀਤੇ ਨੇ, ਜਿਹੜੇ ਅੱਜ ਅਸੀਂ ਪਬਲਿਕ ਨੂੰ ਵਾਪਸ ਹੈਂਡਓਵਰ ਕਰਾਂਗੇ। ਅਤੇ ਇੰਝ ਹੀ ਅਸੀਂ ਲਗਾਤਾਰ ਇਸ ਉਪਰਾਲੇ 'ਚ ਲੱਗੇ ਹਾਂ ਕਿ ਜਿਵੇਂ ਵੀ ਅਸੀਂ ਆਪਣੇ ਸੰਗਰੂਰ ਪੁਲਿਸ ਦੇ, ਸੰਗਰੂਰ ਸਿਟ ਦੇ ਸਿਟੀਜ਼ਨਸ ਦੇ ਕੰਮ ਆ ਸਕੀਏ, ਅਸੀਂ ਉਹਦੇ 'ਚ ਵੱਧ ਤੋਂ ਵੱਧ ਐਫਰਟ ਕਰੀਏ। ਜਿਹੜੇ ਤੁਸੀਂ ਪੋਰਟਲ ਦੱਸਿਆ ਸੀ, ਇਹਦੇ ਵਿੱਚ ਮੋਬਾਈਲ ਤੋਂ ਇਲਾਵਾ ਹੋਰ ਕੀ ਸੋਸ਼ਲ ਮੀਡੀਆ ਦੀ ਜਾਣਕਾਰੀ ਪਾ ਸਕਦੇ ਹਾਂ, ਜਿਵੇਂ ਕਿਸੇ ਨਾਲ ਪੇਮੈਂਟ ਦੀ ਹੁੰਦੀ ਹੈ? CEIR ਪੋਰਟਲ ਜੀ ਹੈਗਾ ਮੋਬਾਈਲ ਫੋਨਸ ਦੇ ਲਈ ਜੋ ਗੁਆਚਦੇ ਨੇ ਜਾਂ ਮਿਸਿੰਗ ਹੁੰਦੇ ਨੇ। ਇਸ ਤੋਂ ਇਲਾਵਾ ਮੈਂ ਆਪ ਸਭ ਦੇ ਮਾਧਿਅਮ ਰਾਹੀਂ ਇਹ ਗੁਜ਼ਾਰਿਸ਼ ਕਰਾਂਗਾ ਆਮ ਜਨਤਾ ਦੇ ਲਈ ਕਿ ਅਗਰ ਕਦੇ ਵੀ ਤੁਹਾਡੇ ਨਾਲ ਕੋਈ ਜਾਂ ਤੁਹਾਡੇ ਜਾਣਕਾਰ ਦੇ ਨਾਲ ਸਾਈਬਰ ਠੱਗੀ ਹੋ ਜਾਵੇ ਜਾਂ ਫਿਰ ਕਿਸੇ ਦਾ ਪੈਸਾ ਉਹਨਾਂ ਦੇ ਅਕਾਊਂਟ 'ਚੋਂ ਡਿਡਕਟ ਹੋ ਜਾਵੇ, ਤਾਂ ਕਿਰਪਾ ਕਰਕੇ ਤੁਰੰਤ 1930 ਨੰਬਰ 1930 'ਤੇ ਫੋਨ ਕਰੋ ਅਤੇ ਆਪਣੀ ਜਿਹੜੀ ਉਹ ਡਿਟੇਲਸ, ਤੁਹਾਨੂੰ ਬੇਸਿਕ ਡਿਟੇਲਸ ਹੋਣ, ਉਹ ਦਿਓ। ਉਸ ਦੇ ਨਾਲ ਤੁਹਾਡਾ ਜਿਹੜਾ ਉਹ ਪੈਸਾ ਗਿਆ ਹੈ ਉਹ ਅਕਾਊਂਟ ਫਰੀਜ਼ ਹੋ ਕੇ ਪੈਸੇ ਦੇ ਤੁਰੰਤ ਵਾਪਸ ਆਉਣ ਦਾ ਚਾਂਸ ਰਹਿੰਦਾ ਹੈ, ਅਤੇ ਨਾਲੇ ਸਾਈਬਰ ਕ੍ਰਾਈਮ ਨੂੰ ਟਰੇਸ ਕਰਨ 'ਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ। ਇਹ ਗੋਲਡਨ ਆਰ ਆਪਾਂ ਇਹਨੂੰ ਕਹਿੰਦੇ ਹਾਂ, ਗੋਲਡਨ ਆਰ ਮਤਲਬ ਜਿੰਨੀ ਛੇਤੀ ਹੋ ਸਕੇ ਆਪਾਂ 1930 'ਤੇ ਇਨਫੋਰਮੇਸ਼ਨ ਦਈਏ ਤਾਂ ਕਿ ਉਹ ਪੈਸਾ ਸਾਡਾ ਅਗਰ ਕਿਤੇ ਗਿਆ ਹੈ ਤਾਂ ਉਹ ਵਾਪਸ ਸਾਡੇ ਕੋਲ ਆ ਸਕੇ। ਕੋਈ ਸਮਾਂ ਵੀ ਹੁੰਦਾ ਸਰ, ਲਿਮਿਟ ਇੰਨੇ ਸਮੇਂ ਦੇ ਵਿੱਚ ਤੁਸੀਂ ਕੰਪਲੀਟ ਕਰ? ਆਮ ਤੌਰ 'ਤੇ ਇਸ ਨੂੰ ਅਸੀਂ ਗੋਲਡਨ ਆਰ ਨੂੰ ਕਹਾਂਗੇ ਕਿ 12 ਘੰਟੇ ਤੋਂ 24 ਘੰਟੇ ਦੇ ਵਿੱਚ ਅਗਰ ਇਨਫੋਰਮੇਸ਼ਨ ਮਿਲ ਜਾਏ, ਲੇਕਿਨ ਇਸ ਦੇ ਵਿੱਚ ਇਹ ਡਿਪੈਂਡ ਕਰਦਾ ਹੈ ਕਿ ਫਰਜ਼ ਕਰ ਲਓ ਅਗਰ ਪੈਸਾ ਅੱਜ ਕੱਟਿਆ ਗਿਆ
ਅਤੇ ਅਗਲਾ ਜਿਸਨੇ ਉਹ ਸਾਈਬਰ ਠੱਗੀ ਕੀਤੀ ਉਹ ਕਿੰਨੀ ਜਲਦੀ ਉਹ ਬੈਂਕ ਅਕਾਊਂਟ 'ਚੋਂ ਵਿਦਡਰਾਅ ਕਰਦਾ। ਜੇ ਆਪਾਂ ਤੁਰੰਤ ਦੱਸ ਦਈਏ, ਆਪਾਂ ਨੂੰ ਇਲਮ ਹੋ ਜਾਏ ਕਿ ਇਹ ਸਾਈਬਰ ਫਰੋਡ ਹੋਇਆ ਜਾਂ ਫਿਰ ਕਿਸੇ ਕਿਸਮ ਦਾ ਫਰੋਡ ਹੋਇਆ, ਤਾਂ ਆਪਾਂ ਤੁਰੰਤ ਦੱਸ ਦਈਏ ਤਾਂ ਉਹ ਪੇਮੈਂਟ ਉਹ ਅੱਗੇ ਵਿਦਡਰਾਅ ਨਹੀਂ ਕਰ ਪਾਉਣਗੇ। ਜੋ ਜਿੰਨੀ ਜਲਦੀ ਆਪਾਂ ਦੱਸ ਸਕੀਏ, ਇਨਫੋਰਮੇਸ਼ਨ ਦੇ ਸਕੀਏ, ਲੋਕਾਂ ਨੂੰ ਆਮ ਤੌਰ 'ਤੇ ਜਾਗਰੂਕਤਾ ਹੋਵੇ ਤਾਂ ਬਹੁਤ ਮਦਦ ਮਿਲੇਗੀ। ਸਰ, ਜਿਹੜੇ ਆਹ ਮੋਬਾਈਲ ਫੜੇ ਨੇ, ਇਹਨਾਂ ਨਾਲ ਬੰਦੇ ਵੀ ਫੜਨ ਹੋਏ ਨੇ, ਕਿੰਨੇ ਬੰਦੇ? ਇਹ ਜੀ ਮਿਸਿੰਗ ਮੋਬਾਈਲ ਸੀਗੇ ਸਾਹਿਬਨ, ਜਿਵੇਂ ਕੋਈ ਅਗਰ ਕਿਤੇ ਛੁੱਟ ਜਾਂਦਾ ਕਿਸੇ ਦਾ ਮੋਬਾਈਲ, ਕਿਤੇ ਕੋਈ ਕਿਸੇ ਮੇਲੇ ਜਾਂ ਕਿਤੇ ਕੋਈ ਕਿਸੇ ਦਾ ਮੋਬਾਈਲ ਡਿੱਗ ਜਾਂਦਾ ਹੈ, ਇਹ ਸਾਰੇ ਮਿਸਿੰਗ ਮੋਬਾਈਲਸ ਦੀ ਤਾਦਾਦ ਨੇ। ਜਿਹੜਾ ਕੋਈ ਅਗਰ ਕਿਸੇ ਦਾ ਕੋਈ ਚੋਰੀ ਹੋਇਆ ਜਾਂ ਕੁਛ, ਉਸ ਦੀ ਸੈਪਰੇਟ FIR ਹੋ ਕੇ ਉਸ 'ਤੇ ਕ੍ਰਿਮੀਨਲ ਪ੍ਰੋਸੀਡਿੰਗ ਹੁੰਦੀ ਹੈ। ਸਾਡੇ ਕੋਲ ਜੀ ਫਿਲਹਾਲ ਜਿਹੜੀ 50 ਸੀ ਐਪਲੀਕੇਸ਼ਨ ਆਈਆਂ ਸੀ, ਅਸੀਂ ਸਾਰੀ ਟਰੇਸ ਕਰ ਲਈਆਂ, ਕੁਛ ਹੋਰ ਅਸੀਂ ਹੁਣੇ ਟਰੇਸ ਕਰਨ 'ਤੇ ਲੱਗੇ ਹੋਏ, ਅਤੇ ਜਿੰਨੇ ਸਾਡੇ ਕੋਲ ਲੋਕ ਆਉਂਦੇ ਆ ਉਹਨਾਂ ਨੂੰ ਅਸੀਂ ਨਾਲ ਦੇ ਨਾਲ ਗਾਈਡ ਕਰਕੇ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਪਾਸੇ ਪੂਰੀ ਐਫਰਟ ਕਰ ਰਹੇ ਹਾਂ। ਸਰ, ਕਿਸਾਨੀ ਸੰਘਰਸ਼ ਵੇਲੇ ਵੀ ਮੋਬਾਈਲ ਚੋਰੀ ਹੋਏ ਨੇ, ਕੀ ਜ਼ਿਆਦਾ ਹੋ ਗਈ ਉੱਥੋਂ? ਨਹੀਂ ਜੀ, ਇਹ ਵੱਖੋ ਵੱਖ ਹੈ ਜੀ, ਇਹ ਚੋਰੀ ਵਾਲੇ ਨਹੀਂ ਹੈ ਜਿਵੇਂ ਮੈਂ ਤੁਹਾਨੂੰ ਕਿਹਾ, ਇਹ ਹੈਗੇ ਜੀ ਜਿਹੜੇ ਮਿਸਿੰਗ ਮੋਬਾਈਲ ਨੇ, ਚੋਰੀ ਦੇ ਲਈ ਸੈਪਰੇਟ ਪ੍ਰੋਸੀਜਰ ਹੈ ਜੀ। ਠੀਕ ਹੈ।